ਹਾਂਜੀ, ਆਪਾਂ ਅੱਜ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਏ ਹਾਂ ਫਰੋਕ ਦੀ, ਕਲੀਆਂ ਵਾਲੀ ਦੀ। ਪਿਛਲੀ ਵੀਡੀਓ ਆਪਣੀ ਸੀਗੀ ਪੈਂਟ ਪਲਾਜ਼ੋ ਦੀ, ਜੋ ਆਪਾਂ ਤੁਹਾਨੂੰ ਦੇ ਨਹੀਂ ਸਕੇ, ਕੰਮ ਬੁਟੀਕ ਤੇ ਜ਼ਿਆਦਾ ਹੋਣ ਕਰਕੇ ਆਪਣੇ ਪੈਂਟ ਪਲਾਜ਼ੋ ਦੀ ਵੀਡੀਓ ਦੱਸੀ ਸੀ ਤੁਹਾਨੂੰ ਵੀ ਆਪਾਂ ਉਹਦੀ ਸਟਿਚਿੰਗ ਲੈ ਕੇ ਆਵਾਂਗੇ। ਆਪਾਂ ਤਾਂ ਉਹਦੀ ਵੀਡੀਓ ਬਣੀ ਨਹੀਂ ਪ੍ਰੋਪਰ, ਉਹ ਤੁਹਾਨੂੰ ਆਪਾਂ ਅਗਲੇ ਨੈਕਸਟ ਵੀਡੀਓ ਦੇ ਵਿੱਚ ਜ਼ਰੂਰ ਦੇਵਾਂਗੇ। ਅੱਜ ਆਪਾਂ ਤੁਹਾਨੂੰ ਫਰੋਕ ਬਾਰੇ ਦੱਸਾਂਗੇ ਵੀ ਉਹਦੀ ਦੋ ਕਲੀਆਂ ਦੇ ਵਿੱਚ ਕਿੰਨੇ ਮੀਟਰ ਕੱਪੜੇ ਦੇ ਵਿੱਚ ਆਪਾਂ ਆਸਾਨੀ ਦੇ ਨਾਲ ਫੁੱਲ ਫਰੋਕ ਬਣਾ ਸਕਦੇ ਹਾਂ, ਜਾਂ ਕਈ ਵਾਰੀ ਆਪਣੇ ਕੋਲ ਪੀਸ ਹੁੰਦਾ 2.5 ਮੀਟਰ ਦਾ, 3 ਮੀਟਰ ਦਾ, ਵੀ ਤੁਸੀਂ ਉਹਨੂੰ ਕਿਸ ਤਰੀਕੇ ਦੇ ਨਾਲ ਉਹਦੀ ਡਿਜ਼ਾਇਨਿੰਗ ਕਰਕੇ ਕਲੀਆਂ ਵਾਲੀ ਫਰੋਕ ਬਣਾ ਸਕੋ। ਹੁਣ ਆਪਾਂ ਉਹਦੀ ਕਟਿੰਗ ਕਰਾਂਗੇ, ਤੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਨਾਪ ਦੱਸਦੇ ਹਾਂ ਵੀ ਨਾਪ ਦੇ ਵਿੱਚ ਆਪਾਂ ਨੂੰ ਕੀ ਕੀ ਚੀਜ਼ਾਂ ਜ਼ਰੂਰੀ ਨੇ। ਹਾਂਜੀ, ਦੇਖੋ ਜਿਹੜੀ ਆਪਣੀ ਫਰੋਕ ਹੋਊਗੀ ਉਹ ਇੱਦਾਂ ਦੀ ਬਣ ਕੇ ਰੈਡੀ ਹੋਊਗੀ। ਦੋ ਕਲੀਆਂ ਹੋਣਗੀਆਂ, ਲੇਅਰ ਉਹਦੀ ਪੂਰੀ ਫੁੱਲ ਬਣੂਗੀ। ਇੱਥੇ ਆਪਾਂ ਗਲਾ ਬਣਾਵਾਂਗੇ, ਇਸ ਤਰ੍ਹਾਂ ਉਹਦੀ ਬਾਜੂ ਰੱਖਾਂਗੇ, ਸਟੇਟ ਬਾਜੂ ਬਣਾਵਾਂਗੇ। ਦੇਖੋ ਲੰਬਾਈ ਹੈਗੀ ਆਪਣੇ ਕੋਲੇ 45 ਇੰਚ, ਛਾਤੀ ਦੇ ਵਿੱਚੋਂ ਹੈਗੀ ਆ 19 ਇੰਚ, ਕਮਰ 17। ਆਪਾਂ ਨੂੰ ਇਹੀ 3 ਚੀਜ਼ਾਂ ਦੀ ਜ਼ਿਆਦਾ ਜ਼ਰੂਰਤ ਆ, ਲੈਂਥ, ਛਾਤੀ, ਕਮਰ। ਹਿੱਪ ਦੀ ਆਪਾਂ ਨੂੰ ਜ਼ਰੂਰਤ ਨਹੀਂ ਹੈਗੀ ਕਿਉਂਕਿ ਨੀਚੇ ਤੋਂ ਉਹ ਲੂਜ਼ ਹੋਊਗੀ। ਬਾਜੂ ਦੀ ਲੰਬਾਈ ਹੈਗੀ 17, ਇਹ ਆਪਾਂ ਕੱਪੜੇ ਦੇ ਹਿਸਾਬ ਦੇ ਨਾਲ 17-16 ਦੇ ਵਿੱਚ ਆਪਾਂ ਰੈਡੀ ਕਰ ਲਾਂਗੇ ਬਾਜੂ ਨੂੰ। ਪ੍ਰੋਪਰ ਨਾਪ ਆਪਣੇ ਕੋਲ 17 ਇੰਚ ਆ, ਫਰੰਟ ਤੋਂ 10.5 ਇੰਚ ਖੁੱਲੀ ਆ। ਗਲਾ ਵਗੈਰਾ ਆਪਾਂ ਜ਼ਿਆਦਾ ਡੀਪ ਨਹੀਂ ਰੱਖਣੇ, ਨੋਰਮਲੀ ਰੈਡੀਮੇਡ ਲੁੱਕ ਦੇ ਵਿੱਚ ਦੇਣੀ ਆ ਆਪਾਂ ਨੇ, ਜਿਵੇਂ ਥੋੜਾ ਜਿਹਾ ਉੱਚੇ ਗਲੇ ਮੰਨ ਲਓ, ਜ਼ਿਆਦਾ ਸ਼ਾਰਟ ਵੀ ਨਹੀਂ ਮੰਨ ਲਓ, ਮੀਡੀਅਮ ਸਾਈਜ਼ ਦੇ ਵਿੱਚ ਆਪਾਂ ਗਲੇ ਬਣਾਉਣੇ ਆ ਇਹਦੇ। ਹੁਣ ਦੇਖੋ ਆਪਾਂ ਤੁਹਾਨੂੰ ਦੱਸਦੇ ਹਾਂ ਕੱਪੜਾ ਤੁਸੀਂ ਕਿਸ ਤਰੀਕੇ ਦੇ ਨਾਲ ਕੱਪੜੇ ਨੂੰ ਬਿਉਂਤ ਸਕਦੇ ਹੋ ਵੀ ਆਪਣੀ ਇੰਨੀ ਲੈਂਥ ਪੂਰੀ ਰਹੇ। ਹੁਣ ਦੇਖੋ ਆਪਣੇ ਕੋਲ ਆ ਪੂਰਾ ਕੱਟ ਪੀਸ ਹੈਗਾ, ਮੰਨ ਲਓ ਟੋਟਲੀ ਪੀਸ ਇੰਨਾ ਸੀਗਾ ਇਹ ਆਪਣੇ ਕੋਲ। ਆਪਾਂ ਮਿਣ ਕੇ ਦੇਖਦੇ ਹਾਂ ਵੀ ਆਪਣੇ ਕੋਲ ਕਿੰਨਾ ਪੀਸ ਆ, ਇਹ ਹੈਗਾ 2.5 ਮੀਟਰ, 2.5 ਮੀਟਰ ਤੋਂ ਆਪਣਾ 2-3 ਇੰਚ ਇਹ ਉੱਪਰ ਆ ਦੇਖੋ ਪੀਸ ਆ ਇਹਦਾ। ਹੁਣ ਆਪਾਂ ਇਹਦੀ ਲੈਂਥ ਨਾਪਣੀ ਆ, ਕਿੰਨੀ ਲੈਂਥ ਰੱਖ ਕੇ ਆਪਣੇ ਕੋਲ ਬਾਜੂ ਵਾਸਤੇ ਕੱਪੜਾ ਬਚਦਾ ਜਾਂ ਨਹੀਂ ਬਚਦਾ। ਹੁਣ ਦੇਖੋ ਆਪਣੇ 45 ਇੰਚ ਲੰਬਾਈ ਰੱਖਣੀ ਆ, ਤਾਂ ਆਪਾਂ 1 ਇੰਚ ਵੱਧ ਕੱਟ ਲਾਂਗੇ ਕਿਉਂਕਿ ਨੀਚੇ ਆਪਾਂ ਇਹਦੇ ਪੀਕੋ ਕਰਾਂਗੇ, 1/2 ਇੰਚ ਉੱਪਰ ਮਾਰਜਨ ਦੇ ਚਲਿਆ ਜਾਊਗਾ। ਹਾਂਜੀ, ਦੇਖੋ ਆਪਣੇ ਕੱਪੜੇ ਨੂੰ ਬਿਉਂਤਣਾ ਗਾ ਵੀ ਆਪਣੀਆਂ ਲੈਂਥਾਂ ਪੂਰੀਆਂ ਆਉਣਗੀਆਂ ਜਾਂ ਨਹੀਂ। ਦੇਖੋ ਆਪਣੇ 45 ਇੰਚ ਲੈਂਥ ਆ, ਤਾਂ ਆਪਾਂ 46 ਇੰਚ ਤੋਂ ਇਹਦੀ ਕਟਾਈ ਪਾਵਾਂਗੇ, ਕਟਿੰਗ ਕਰ ਦਾਂਗੇ, ਤਾਂ ਉੱਪਰ ਆਪਣੇ ਕੋਲ ਕਿੰਨਾ ਕੱਪੜਾ ਬਚੂਗਾ, ਉੱਪਰ ਆਪਣੇ ਕੋਲ 5-5.5 ਜਾਨੀ ਕਿ ਟੋਟਲ ਖੋਲ ਕੇ ਦੇਖਾਂਗੇ ਤਾਂ ਆਪਣੇ 10 ਇੰਚ ਪੀਸ ਉਤਰੂਗਾ। ਉਹ ਆਪਾਂ ਪਹਿਲਾਂ ਹੀ 10 ਇੰਚ ਪੀਸ ਤਾਰ ਲਾਂਗੇ ਕਿਉਂਕਿ ਬਾਜੂ ਨੂੰ ਆਪਾਂ ਨੀਚੇ ਕੋਈ ਜੁਆਇੰਟਰ ਵਗੈਰਾ ਨਾਲ ਜਿਹੜਾ ਸਾਈਡ ਤੋਂ ਕੱਪੜਾ ਉਤਰੂਗਾ ਉਹਦੇ ਨਾਲ ਜੋੜ ਕੇ ਉਹਦੀ ਡਿਜ਼ਾਇਨਿੰਗ ਕਰ ਦਾਂਗੇ, ਤੇ ਉੱਪਰ ਵਾਲਾ ਪੀਸ ਆਪਣਾ ਪੂਰੇ ਦਾ ਪੂਰਾ ਬਿਨਾਂ ਜੋੜ ਤੋਂ ਸਹੀ ਆ ਜਾਊਗਾ। ਦੇਖੋ ਤੁਸੀਂ ਜਦੋਂ ਵੀ ਕੋਈ ਸੂਟ ਨੂੰ ਬਣਾਉਣੇ ਹੋ, ਸਭ ਤੋਂ ਪਹਿਲਾਂ ਉਹਦੀ ਬਿਉਂਤਣਾ, ਲੰਬਾਈਆਂ ਨਿਕਲਦੀਆਂ ਨੇ, ਬਾਜੂ ਵਗੈਰਾ ਨਿਕਲਦੀ ਆ ਜਾਂ ਨਹੀਂ, ਸਿੱਧੀ ਇਸ ਤਰੀਕੇ ਨਾਲ ਫਰੋਕ ਨੂੰ ਤੁਸੀਂ ਕਟਿੰਗ ਨਹੀਂ ਕਰਨਾ। ਦੇਖੋ ਹੁਣ ਆਪਾਂ ਨੇ 10 ਇੰਚ ਪੀਸ ਉੱਪਰ ਬਚਦਾ ਸੀ ਤਾਂ ਆਪਾਂ ਇਕੱਠਾ ਪੀਸ ਇਹ 10 ਇੰਚ ਦਾ ਉਤਾਰ ਲੈਣਾ ਗਾ। ਆਪਾਂ ਨੇ 10 ਇੰਚ ਦਾ ਪੀਸ ਆਹ ਵਾਲਾ ਉਤਾਰ ਲਿਆ। ਬਾਜੂ ਦੀ ਲੈਂਥ ਦੇਖੋ ਆਪਾਂ 16 ਵੀ ਕਰ ਸਕਦੇ ਹਾਂ, 17 ਵੀ ਕਰ ਸਕਦੇ ਹਾਂ, ਉਹ ਜਿਹੜਾ ਸਾਈਡਾਂ ਤੋਂ ਵੇਸਟਿਜ ਕੱਪੜਾ ਹੋਊਗਾ ਉਹਦੇ ਆਪਾਂ ਜੁਆਇੰਟਰ ਪਾ ਕੇ ਇਹਨੂੰ ਬਾਜੂ ਨੂੰ ਪੂਰੀ ਲੈਂਥ ਰੈਡੀ ਕਰ ਲਾਂਗੇ। ਹਾਂਜੀ, ਆਹ ਆਪਾਂ ਨੇ 10 ਇੰਚ ਦਾ ਬਾਜੂ ਵਾਸਤੇ ਪੀਸ ਉਤਾਰਤਾ। ਹੁਣ ਦੇਖੋ ਤੁਸੀਂ ਕੱਪੜੇ ਨੂੰ ਕਿਸ ਤਰੀਕੇ ਦੇ ਨਾਲ ਬਿਉਂਤਣਾ, ਜਿਹੜੀ ਆਪਾਂ ਫਰੋਕ ਨਵੇਂ ਸਟਾਈਲ ਦੇ ਵਿੱਚ ਫਰੋਕ ਬਣਾ ਰਹੇ ਹਾਂ, ਜ਼ਿਆਦਾ ਕਲੀਆਂ ਨਹੀਂ ਪਾਉਂਦੇ, ਜਿਨ੍ਹਾਂ ਨੂੰ ਅਨਾਰਕਲੀ ਬੋਲਦੇ ਆ, ਪਰ ਲੁੱਕ ਅਨਾਰਕਲੀ ਵਾਲੀ ਹੀ ਆਊਗੀ ਇਹਦੇ ਵਿੱਚ, ਕਿਉਂ ਲੇਅਰ ਉਦੋਂ ਵੀ ਵੱਧ ਬਣੂਗੀ। ਦੇਖੋ ਆਪਾਂ ਨੇ ਇਸ ਤਰ੍ਹਾਂ ਦੂਰਾਂ ਕੱਪੜੇ ਨੂੰ ਕਰ ਲੈਣਾ ਗਾ, ਇਸ ਤਰ੍ਹਾਂ ਡਬਲ ਤੇਹਾਂ ਦੇ ਵਿੱਚ ਫੋਲਡਿੰਗ ਕਰ ਲਿਆ, ਚੰਗੀ ਤਰ੍ਹਾਂ ਆਪਸ ਦੇ ਵਿੱਚ ਮਿਲਾ ਲੈਣਾ ਕੱਪੜੇ ਨੂੰ। ਹਾਂਜੀ, ਇਸ ਤਰ੍ਹਾਂ ਮਿਲਾ ਕੇ ਫਿਰ ਆਪਾਂ ਕੰਨੀਆਂ ਨੂੰ ਦੋਨਾਂ ਤੋਂ ਇਸ ਤਰੀਕੇ ਨਾਲ ਪਕੜਾਂਗੇ, ਯਾਨੀ ਕਿ ਚਾਰੇ ਕੰਨੀਆਂ ਨੂੰ ਆਪਸ ਦੇ ਵਿੱਚ ਮਿਲਾ ਕੇ ਇਸ ਤਰ੍ਹਾਂ ਕਰਕੇ ਰੱਖ ਲਾਂਗੇ ਇਹਨੂੰ। ਆਹ ਹੋ ਗਿਆ ਆਪਣਾ ਗੋਲ ਘੁੰਡੇ ਵਾਲਾ ਪਾਸਾ ਜਿਹੜਾ ਸੈਂਟਰ ਦੇ ਵਿੱਚ ਆਊਗਾ। ਤੁਸੀਂ ਨੇ ਇਧਰੋਂ ਉਧਰੋਂ ਸਾਰੇ ਪਾਸਿਓਂ ਤੋਂ ਦੇਖਣਾ ਵੀ ਕੋਈ ਪੱਲਾ ਉੱਪਰ ਨੀਚੇ ਤਾਂ ਨਹੀਂ ਹੈਗਾ ਜਾਂ ਛੋਟਾ ਵੱਡਾ ਤਾਂ ਨਹੀਂ, ਤਾਂ ਤੁਸੀਂ ਉਹਨੂੰ ਇਸ ਤਰ੍ਹਾਂ ਨਾਪ ਲਓਗੇ, ਨਾਪ ਕੇ ਚੰਗੀ ਤਰ੍ਹਾਂ ਸੈੱਟ ਕਰਕੇ ਰੱਖ ਲਓਗੇ।
ਹਾਂਜੀ ਦੇਖੋ ਤੁਸੀਂ ਕੱਪੜੇ ਨੂੰ ਇਸ ਤਰੀਕੇ ਦੇ ਨਾਲ ਰੱਖ ਲੈਣਾ ਜਦੋਂ ਫਰੋਕ ਦੀ ਕਟਾਈ ਕਰਨੀ ਆ, ਜਿਹੜੇ ਓਪਨ ਪਾਸੇ ਹੋਣਗੇ ਤੁਹਾਡੇ ਆਪਣੇ ਵੱਲ ਹੋਣਗੇ, ਜਿਹੜੇ ਮੰਨ ਲਓ ਗੋਲ ਕੁੰਡੇ ਵਾਲੇ ਪਾਸੇ ਹੋਣਗੇ ਉਹ ਦੂਸਰੀ ਸਾਈਡ ਵੱਲ ਹੋਣਗੇ। ਹੁਣ ਤੁਸੀਂ ਦੇਖੋ ਨਿਸ਼ਾਨ ਕਿਸ ਤਰੀਕੇ ਦਾ ਨਿਸ਼ਾਨ ਲਗਾਉਣਾ ਗਾ। ਹੁਣ ਆਪਾਂ ਜਿਹੜਾ ਕਲੀ ਦਾ ਨਿਸ਼ਾਨ ਲਗਾਉਣਾ ਉੱਪਰ ਤੋਂ ਲੈ ਕੇ, ਜਦੋਂ ਤੁਸੀਂ ਕਿਸੇ ਵੀ ਸਾਈਜ਼ ਦੇ ਵਿੱਚ ਬਣਾ ਰਹੇ ਹੋ ਫਰੋਕ, ਜੇ ਤਾਂ ਛੋਟੇ ਬੱਚੇ ਦੀ ਬਣਾ ਰਹੇ ਹੋ ਤਾਂ ਤੁਸੀਂ ਉਸ ਹਿਸਾਬ ਦੇ ਨਾਲ ਰੱਖੋਗੇ, ਇੰਚ ਡੇਢ ਇੰਚ ਦਾ ਫਰਕ ਪਾ ਦੋਗੇ। ਜੇ ਨੋਰਮਲੀ ਤੁਸੀਂ ਫਰੋਕ ਕਿਸੇ ਵੱਡੇ ਦੀ ਜਾਂ ਆਮ ਲੜਕੀਆਂ ਦੀ ਬਣਾ ਰਹੇ ਹੋ ਤਾਂ ਤੁਸੀਂ ਜਿਹੜੀ ਆਹ ਆਪਣੇ ਸਿੱਧਾ ਨਿਸ਼ਾਨ ਲਗਾਉਣਾ ਉਹ ਤੁਸੀਂ ਨੇ 17 ਇੰਚ ਦੇ ਨਿਸ਼ਾਨ ਲਗਾਉਣਾ। 17 ਇੰਚ ਤੱਕ ਦਾ ਨਿਸ਼ਾਨ ਇੱਕ ਵਾਰੀ ਆਪਾਂ ਨੇ ਇਸ ਤਰ੍ਹਾਂ ਲਗਾ ਲਿਆ, ਦੇਖੋ 17 ਇੰਚ ਦੇ ਨਿਸ਼ਾਨ। ਹੁਣ ਜਿਹੜਾ ਆਪਾਂ ਸੈਂਟਰ ਦੇ ਵਿੱਚ ਗੈਪ ਪਾਉਣਾ ਉਹ ਕਿੰਨਾ ਪਾਉਣਾ ਗਾ, ਦੇਖੋ ਜੇ ਤਾਂ ਤੁਸੀਂ ਕੋਈ ਹਾਈ ਨੈਕ ਵਗੈਰਾ ਗਲਾ ਬਣਾ ਰਹੇ ਹੋ ਤਾਂ ਤੁਸੀਂ ਉਹ ਇਸ ਹਿਸਾਬ ਦੇ ਨਾਲ ਲੈਣਾ ਵੀ ਤੁਹਾਡਾ ਆਹ ਚੀਜ਼ ਹੈ ਜਿਹੜੀ ਸ਼ੋਲਡਰ ਦੇ ਉੱਪਰ ਤੱਕ ਆਵੇ, ਜਾਂ ਸ਼ੋਲਡਰ ਤੋਂ ਜਿਹੜਾ ਆਪਾਂ ਇਸ ਤਰੀਕੇ ਨਾਲ ਉਹਦਾ ਨੈਕ ਕੱਢਾਂਗੇ ਉਹ ਆਹ ਚੀਜ਼ਾਂ ਨੂੰ ਇਸ ਤਰ੍ਹਾਂ ਟੱਚ ਕਰੇ। ਨਾ ਹੀ ਤਾਂ ਇਸ ਤਰ੍ਹਾਂ ਹੋਵੇ ਵੀ ਤੁਸੀਂ ਜਿੱਥੋਂ ਬੈਨ ਜੜਨਾ ਸਿਰੇ ਤੋਂ ਉੱਥੇ ਆਵੇ, ਜਾਂ ਤਾਂ ਉਹਦੀ ਆਹ ਚੀਜ਼ ਦੇ ਵਿੱਚ ਆਵੇ, ਸੈਂਟਰ ਤੋਂ ਥੋੜਾ ਜਿਹਾ ਇੱਧਰ ਉੱਧਰ ਮੰਨ ਲਓ ਸ਼ੋਲਡਰ ਨੂੰ ਆਪਣਾ ਨਜ਼ਰ ਆਉਣਾ ਚਾਹੀਦਾ। ਜੇ ਤੁਸੀਂ ਇਸ ਤਰੀਕੇ ਨਾਲ ਨਹੀਂ ਕਰਨਾ ਤਾਂ ਤੁਹਾਡਾ ਇਸ ਤਰੀਕੇ ਨਾਲ ਕਵਰ ਆਵੇ। ਜੇ ਤੁਸੀਂ ਆਮ ਨੋਰਮਲੀ ਗਲਾ ਬਣਾ ਰਹੇ ਹੋ ਤਾਂ ਤੁਸੀਂ ਇਹ ਕੀ ਕਰਨਾ ਗਾ 8-9 ਦੇ ਵਿੱਚ ਨਿਸ਼ਾਨ ਲਗਾ ਲੈਣਾ ਗਾ, ਯਾਨੀ ਕਿ ਸੈਂਟਰ ਵਾਲਾ ਹਿੱਸਾ ਆਪਾਂ 9 ਇੰਚ ਕਰ ਲਿਆ ਚੌੜਾਈ ਵਾਲਾ ਉੱਪਰੋਂ, ਟੋਟਲ ਤੀਰਾ ਆਪਾਂ 12-13 ਜਿੰਨਾ ਵੀ ਪਾਉਣਾ 6.5-9, ਦੇਖੋ ਆਪਣਾ ਤੀਰੇ ਤੋਂ ਆਹ ਚੀਜ਼ ਦੇ ਵਿੱਚ ਇੰਨਾ ਰਹਿ ਜੂਗਾ, ਯਾਨੀ ਕਿ ਇੱਧਰ ਤੀਰਾ ਰਹਿ ਜੂਗਾ। ਜੇ ਆਪਾਂ ਗਲਾ ਬਣਾਇਆ 5-5.5 13 ਇੰਚ ਤੀਰਾ ਪਾ ਲਿਆ ਤਾਂ ਬਿਲਕੁਲ ਉਹਦੇ ਸੈਂਟਰ ਦੇ ਵਿੱਚ ਦੀ ਆਪਣੀ ਇਹ ਜਿਹੜੀ ਆ ਕਲੀ ਵਿਚਦੀ ਆਊਗੀ। ਹੁਣ ਤੁਸੀਂ ਜੇ ਆਮ ਨੋਰਮਲੀ ਗਲਾ ਬਣਾ ਰਹੇ ਹੋ ਤਾਂ 4.5 ਇੰਚ ਦਾ ਨਿਸ਼ਾਨ ਇੱਥੇ ਲਗਾਓਗੇ, 4.5 ਦਾ ਹੀ ਤੁਸੀਂ ਇੱਥੇ ਲਗਾ ਲਿਆ, 17 ਇੰਚ ਤੱਕ ਤੁਸੀਂ 4.5 ਦਾ ਹੀ ਨਿਸ਼ਾਨ ਲਗਾਓਗੇ। ਇੱਥੋਂ ਬਿਲਕੁਲ ਨਿਸ਼ਾਨ ਇਹ ਸਿੱਧਾ ਲੱਗੂਗਾ, ਦੇਖੋ ਆਹ ਨਿਸ਼ਾਨ ਇਸ ਤਰੀਕੇ ਨਾਲ ਆਪਣੇ ਬਿਲਕੁਲ ਸਿੱਧਾ ਲਗਾ ਲੈਣਾ। ਹੁਣ ਦੂਜਾ ਕੀ ਕਰਨਾ ਆਪਾਂ ਨੇ, ਇਹਦਾ ਆਪਾਂ ਘੇਰਾ ਮਿਣਾਂਗੇ ਸਾਰਾ, ਟੋਟਲੀ ਕਿੰਨਾ ਘੇਰਾ ਇਹਦੇ ਵਿੱਚ 20.5 ਇੰਚ ਦਾ ਇਹ ਆਪਣੇ ਕੋਲੇ ਪੀਸ ਆ ਟੋਟਲੀ, ਯਾਨੀ ਕਿ 40-40 ਦੇ ਵਿੱਚ 41 ਇੰਚ ਪੀਸ ਹੋ ਗਿਆ ਇਹ ਆਪਣਾ। ਹੁਣ ਇਹਦਾ ਕਰ ਦਾਂਗੇ ਆਪਾਂ ਇਧਰੋਂ ਹਾਫ ਹਿੱਸਾ, 20.5 ਦਾ ਆਪਾਂ ਨੇ ਹਾਫ ਕਰ ਦੇਣਾ, ਯਾਨੀ ਕਿ 10.25 ਤੇ ਨਿਸ਼ਾਨ ਲਗਾ ਦਾਂਗੇ। ਆਹ ਵਾਲਾ ਹੋ ਗਿਆ ਆਪਣਾ 10.25 ਤੇ ਨਿਸ਼ਾਨ। ਹੁਣ ਤੁਸੀਂ ਆਹ ਨਿਸ਼ਾਨ ਤੋਂ ਇਸ ਨਿਸ਼ਾਨ ਵੱਲ ਲੈ ਕੇ ਜਾਣਾ, ਦੇਖੋ ਆਹ ਨਿਸ਼ਾਨ ਤੋਂ ਇਸ ਨਿਸ਼ਾਨ ਤੇ ਤੁਸੀਂ ਨੇ ਮਾਰਕ ਕਰ ਲੈਣਾ। ਬਹੁਤ ਹੀ ਸੋਹਣੀ ਸ਼ੇਪ ਤੇ ਲੇਅਰ ਇੱਕਦਮ ਇੰਨੀ ਫਸਟ ਕਲਾਸ ਆਊਗੀ, ਤੁਹਾਨੂੰ ਜਮਾਂ ਬਿਲਕੁਲ ਅਨਾਰਕਲੀ ਦੀ ਤਰ੍ਹਾਂ ਫੀਲਿੰਗ ਆਊਗੀ ਜਦੋਂ ਫਰਾਕ ਪਹਿਨੀ ਹੋਈ। ਇੱਥੋਂ ਤੁਸੀਂ ਨੋਕ ਨਹੀਂ ਬਣਾਉਣੀ, ਗੁਲਾਈ ਦੇ ਵਿੱਚ ਹੀ ਕਟਿੰਗ ਲੈ ਕੇ ਜਾਣੀ ਆ, ਕਿਉਂਕਿ ਜਦੋਂ ਆਪਾਂ ਦੂਸਰਾ ਪੱਲਾ ਇਹਦੇ ਨਾਲ ਜੜਾਂਗੇ ਤਾਂ ਆਪਾਂ ਨੂੰ ਜੜਨ ਵੇਲੇ ਕੋਈ ਵੀ ਦਿੱਕਤ ਨਾ ਆਵੇ। ਹੁਣ ਦੇਖੋ ਆਪਾਂ ਇਹਦੀ ਕਟਾਈ ਕਰਨ ਲੱਗੇ ਹਾਂ ਜੀ। ਦੇਖੋ ਇੱਥੋਂ ਨਿਸ਼ਾਨ ਆਪਾਂ 17 ਇੰਚ ਤੇ ਬਿਲਕੁਲ ਸਿੱਧਾ ਲਗਾਇਆ, 4.5 ਦਾ ਆਹ ਉੱਪਰ ਤੱਕ ਲੈ ਕੇ ਆਇਆ ਇੱਥੋਂ ਤੱਕ, ਇਦੂ ਬਾਅਦ ਆਪਾਂ ਨੇ ਇਹਦਾ ਹਾਫ ਕਰ ਲਿਆ, ਇੱਥੋਂ ਮਾਰਕ ਚੱਕਿਆ ਇਹਦੇ ਨਾਲ ਬਿਲਕੁਲ ਇਸ ਤਰ੍ਹਾਂ ਨਿਸ਼ਾਨ ਲਗਾ ਲਏ ਆਪਾਂ ਨੇ ਪ੍ਰੋਪਰ। ਹੁਣ ਇਹਦੀ ਆਪਾਂ ਨੇ ਕਰਨੀ ਆ ਕਟਿੰਗ। ਜਿੰਨੇ ਪੱਲੇ ਰੱਖਿਆ ਸਾਰੇ ਦੇ ਸਾਰੇ ਪੱਲਿਆਂ ਦੀ ਆਪਾਂ ਫਰੰਟ ਬੈਕ ਤੇ ਇਸੇ ਤਰੀਕੇ ਨਾਲ ਪਾਵਾਂਗੇ। ਜੇ ਤੁਸੀਂ ਫਰੰਟ ਤੇ ਕਰਨਾ ਤਾਂ ਫਰੰਟ ਤੇ ਵੀ ਕਰ ਸਕਦੇ ਹੋ, ਬੈਕ ਪਲੇਨ, ਪਰ ਜੇ ਆਪਾਂ ਚਾਰੇ ਪੱਲਿਆਂ ਤੇ ਫਰੰਟ ਬੈਕ ਤੇ ਇਸੇ ਤਰੀਕੇ ਦੇ ਨਾਲ ਕਰਾਂਗੇ, ਯਾਨੀ ਕਿ ਦੋਨੋਂ ਪੱਲੇ ਫਰੰਟ ਬੈਕ ਵਾਲੇ, ਤਾਂ ਉਹਦੀ ਲੁੱਕ ਹੋਰ ਵੀ ਵਧੀਆ ਬਣੂਗੀ, ਕਿਉਂਕਿ ਲੇਅਰ ਦਾ ਨਹੀਂ ਫਰਕ ਪੈਣਾ ਹੈਗਾ, ਫਰੰਟ ਬੈਕ ਤੋਂ ਆਪਾਂ ਨੂੰ ਇੱਕੋ ਜਿਹੀ ਹੀ ਲੱਗੂਗੀ। ਇੱਥੋਂ ਦੇਣਾ ਗਲਾਈ ਵੱਲ ਧਿਆਨ, ਦੇਖੋ ਇਹ ਚੀਜ਼ ਆਪਾਂ ਨੇ ਇੱਥੋਂ ਕਰਤੀ ਕਟਿੰਗ, ਕਟਿੰਗ ਕਰਕੇ ਇੱਦਾਂ ਦੀ ਲੁੱਕ ਆਊਗੀ ਜਿਹੜੀ ਸੈਂਟਰ ਵਾਲੀ ਹੋਊਗੀ। ਦੇਖੋ
ਇੱਥੋਂ ਬਿਲਕੁਲ ਸਟ੍ਰੇਟ ਜਾਊਗੀ, ਇਦੂ ਬਾਅਦ ਗਲਾਈ ਜਾਊਗੀ। ਦੇਖੋ ਇਸ ਤਰੀਕੇ ਦੇ ਨਾਲ ਆਪਾਂ ਇਹਦੀ ਕੀ ਕਰਤੀ, ਕਟਿੰਗ ਕਰਤੀ। ਹੁਣ ਤੁਸੀਂ ਪੱਲੇ ਨੂੰ ਕਿਸ ਤਰੀਕੇ ਦੇ ਨਾਲ ਘੁਮਾਉਣਾ, ਜਿਹੜਾ ਤੁਹਾਡਾ ਕੰਨੀ ਵਾਲਾ ਪਾਸਾ ਗਾ ਆਹ ਵਾਲਾ, ਇਹਨੂੰ ਤੁਸੀਂ ਇਸ ਤਰੀਕੇ ਦੇ ਨਾਲ ਚੱਕ ਕੇ ਇਸ ਸਾਈਡ ਵੱਲ ਲੈ ਜਾਓਗੇ ਇੱਥੋਂ। ਹੁਣ ਤੁਸੀਂ ਲੇਅਰ ਦੇਖੋ ਇਹਦੀ, ਕਿੰਨੀ ਜ਼ਿਆਦਾ ਲੇਅਰ ਬਣੂਗੀ ਤੇ ਕਿੰਨੀ ਇਹਦੀ ਸ਼ੇਪ ਬਣੂਗੀ, ਬਹੁਤ ਵਧੀਆ। ਕਿਉਂਕਿ ਏਦਾਂ ਤਾਂ ਆਪਾਂ ਤੁਹਾਨੂੰ ਇੱਕ ਵਾਰੀ ਰੱਖ ਕੇ ਦਿਖਾਇਆ, ਹੁਣ ਜਦੋਂ ਆਪਾਂ ਗਲੇ ਵਗੈਰਾ ਦੇ ਨਿਸ਼ਾਨ ਲਗਾਵਾਂਗੇ ਤੇ ਪ੍ਰੋਪਰ ਇਹਨੂੰ ਲੇਅਰ ਦੇ ਵਿੱਚ ਲੈ ਕੇ ਜਾਵਾਂਗੇ, ਤੁਹਾਨੂੰ ਇੱਕ ਵਾਰੀ ਅੰਦਾਜ਼ੇ ਨਾਲ ਆਪਾਂ ਦੱਸ ਦਿੰਦੇ ਹਾਂ ਵੀ ਕਿੰਨੇ ਇੰਚ ਘੇਰਾ ਬਣੂਗਾ ਇਹਦਾ। ਦੇਖੋ ਪ੍ਰੋਪਰ ਰੈਡੀ, ਦੇਖੋ ਆਪਣੇ ਕੋਲ ਇਹ ਜਣੀ 25.5 ਇੰਚ ਆ ਸਲਾਈਆਂ ਦੇ ਵਿੱਚ ਲਿਆ ਕੇ, 25 ਤਾਂ ਆਪਣਾ 50 ਇੰਚ ਘੇਰਾ ਬਣ ਜਾਊਗਾ। ਦੇਖੋ 50 ਇੰਚ ਤੁਸੀਂ ਕਿੱਥੇ ਜਾ ਰਹੋਗਾ, ਐਡਾ ਵੱਡਾ ਫਰੋਕ ਦਾ ਘੇਰਾ ਬਣ ਜਾਊਗਾ। ਦੇਖੋ ਪੂਰੀ ਲੇਅਰ ਬਣੂਗੀ ਘੇਰੇ ਦੇ ਵਿੱਚ, ਪਣੇ ਦੇ ਹਿਸਾਬ ਨਾਲ ਜਿੰਨਾ ਆਪਣਾ ਪਣਾ ਦਿੱਤਾ ਹੋਇਆ। ਦੇਖੋ ਕਿਉਂਕਿ ਨਾ ਹੀ ਤਾਂ ਜ਼ਿਆਦਾ ਕਲੀਆਂ ਦੇ ਵਿੱਚ ਪ੍ਰੋਬਲਮ ਪੈਣੀ ਆ ਵੀ ਕਲੀਆਂ ਜਾਣ ਦੇ ਵਿੱਚ ਦਿੱਕਤ ਆਊਗੀ, ਸਿਰਫ ਆਪਣੇ 2 ਕਲੀਆਂ ਹੀ ਪਾਉਣੀਆਂ ਨੇ। ਹੁਣ ਤੁਸੀਂ ਜਦੋਂ ਇਹਦੀ ਇਸ ਤਰ੍ਹਾਂ ਕਟਿੰਗ ਕਰ ਲਈ, ਤੁਸੀਂ ਇਹਨੂੰ ਪਹਿਲਾਂ ਵੀ ਜੜ ਸਕਦੇ ਹੋ, ਬਾਅਦ ਵਿੱਚ ਵੀ ਕਟਾਈ ਪਾ ਸਕਦੇ ਹੋ ਸਾਰੀ ਪ੍ਰੋਪਰ। ਜੇ ਤੁਸੀਂ ਇੱਕੋ ਵਾਰ ਦੇ ਵਿੱਚ ਇਹਦੀ ਕਟਾਈ ਪਾਉਣੀ ਆ ਤਾਂ ਤੁਸੀਂ ਦੇਖੋ ਇਹਦੇ ਵਿੱਚ ਇਸ ਤਰੀਕੇ ਨਾਲ ਚੜਾ ਕਰਕੇ ਰੱਖ ਲੈਣਾ ਜਿੰਨਾ ਆਪਾਂ ਸਲਾਈਆਂ ਦੇ ਵਿੱਚ ਮਾਰਜਨ ਦੇਵਾਂਗੇ, ਜਾਨੀ ਕਿ ਇਹਦੀ ਕੰਨੀ ਨੂੰ ਕਵਰ ਕਰਾਂਗੇ ਆਪਾਂ। ਤੁਸੀਂ ਇਸ ਤਰੀਕੇ ਦੇ ਨਾਲ ਇਹਨੂੰ ਇਸ ਤਰ੍ਹਾਂ ਇਹਦੇ ਉੱਪਰ ਰੱਖ ਲਓਗੇ। ਦੇਖੋ ਜਿਹੜਾ ਇਹ ਆਪਣਾ ਵੱਧ ਰਿਹਾ ਹੈਗਾ, ਇਹ ਥੋੜਾ ਜਿਹਾ ਤਾਂ 1/2 ਇੰਚ ਵਧੂਗਾ ਕਿਉਂਕਿ ਆਹ ਆਪਣੀ ਰੇਵ ਆ ਗਈ ਤੇ ਆਹ ਸਲਾਈ ਆਪਣੀ ਸਿੱਧੀ ਆ ਗਈ। ਜੜਨ ਤੋਂ ਬਾਅਦ ਫੜ ਕੇ ਸਲਾਈ ਪਾਉਣੀ ਆ ਆਪਣੇ ਇਸ ਤਰ੍ਹਾਂ, ਵਿੱਚ ਨਹੀਂ ਰਸਾਉਣੀ ਤੇ ਨਾ ਹੀ ਖਿੱਚਣੀ ਆ, ਆਪਣਾ 1/2 ਇੰਚ ਦਾ ਫਰਕ ਰਹੂਗਾ। ਤਾਂ ਤੁਸੀਂ ਇਹਦੀ ਇਸ ਤਰੀਕੇ ਨਾਲ ਹਲਕੀ ਜਿਹੀ ਸ਼ੇਪ ਪਾ ਦੇਣੀ ਆ ਗੁਲਾਈ ਦੀ। ਹੁਣ ਦੇਖੋ ਇੱਧਰ ਵੱਲ ਆਪਾਂ ਬਿਲਕੁਲ ਵੀ ਨਹੀਂ ਦੇਖਣਾ ਹੈਗਾ, ਪਹਿਲਾਂ ਆਪਾਂ ਉੱਪਰੋਂ ਨਿਸ਼ਾਨ ਲਗਾ ਕੇ ਆਵਾਂਗੇ। ਉਹ ਕਿਵੇਂ ਲਗਾਉਣੇ ਆ ਤੁਸੀਂ ਨਿਸ਼ਾਨ? ਹਾਂਜੀ ਦੇਖੋ ਹੁਣ ਆਪਾਂ ਨੇ ਤੀਰੇ ਦਾ ਨਿਸ਼ਾਨ ਲਗਾਉਣਾ, ਤੀਰਾ ਆਪਾਂ ਇਹਦੇ ਵਿੱਚ ਪਾਵਾਂਗੇ 13 ਇੰਚ। ਆਪਾਂ ਗਲਾ ਬੈਕ ਤੋਂ ਜ਼ਿਆਦਾ ਡੀਪ ਨਹੀਂ ਕਰਦੇ, ਨੋਰਮਲੀ ਰੱਖਾਂਗੇ 5.5 ਦੇ ਵਿੱਚ ਲਾ ਲਓ, 5 ਦੇ ਵਿੱਚ ਲਾ ਲਓ। 13 ਇੰਚ ਤੀਰਾ ਪਾਇਆ ਆਪਾਂ ਨੇ ਕਟਾਈ ਦਾ, 6.5 ਪਾਉਣੇ, 7 ਆਪਾਂ ਨੀਚੇ ਨੂੰ ਡੂੰਘਾਈ ਪਾਉਣੀ ਹੈ। ਇਹ ਤੁਸੀਂ ਏਦਾਂ ਨਹੀਂ ਕਹਿਣਾ ਵੀ ਆਮ ਤਾਂ ਤੁਸੀਂ 6.5 ਪਾਉਣੇ, ਇਹਦੇ ਇੰਨਾ ਕਿਉਂ ਪਾਇਆ, ਕਿਉਂਕਿ ਆਹ ਚੀਜ਼ ਇਹਦੀਆਂ ਚਾਰੇ ਪੱਲੇ ਬਰਾਬਰ ਨੇਗੇ, ਕਟਿੰਗ ਦੇ ਵਿੱਚ ਨਹੀਂ ਗੋਲ ਘੁੰਡਾ ਨਹੀਂ ਬਣਿਆ ਹੋਇਆ ਕਿ ਉਹਨੂੰ ਆਪਾਂ ਇਸ ਤਰ੍ਹਾਂ ਉੱਪਰੋਂ ਕਟਿੰਗ ਕਰ ਲਾਂਗੇ। ਇਹ ਆਪਾਂ ਨੂੰ ਇਹਦੇ ਵਿੱਚੋਂ ਕੱਟ ਕਰਨਾ ਪਊਗਾ ਬੈਕ ਵੱਧ ਰੱਖਣ ਵਾਸਤੇ, ਉਹ ਹਮੇਸ਼ਾ ਵਾਸਤੇ ਆਪਾਂ ਚਾਹੇ ਸੂਟ ਕੱਟ ਰਹੇ ਹਾਂ ਚਾਹੇ ਕੋਈ ਫਰੋਕ ਕੱਟ ਰਹੇ ਹਾਂ, ਆਪਾਂ ਉਹਦੀ ਬੈਕ ਵੱਧ ਪਾਉਣੀ ਹੁੰਦੇ ਹਾਂ ਕਿਉਂਕਿ ਆਪਣੇ ਪਿੱਛੇ ਵੱਲ ਨਾ ਜਾਵੇ ਸ਼ਰਟ। ਤਾਂ ਉਹਦੇ ਵਿੱਚ ਜਦੋਂ ਆਪਾਂ ਇਸ ਤਰ੍ਹਾਂ ਕਟਾਈ ਪਾਤੀ ਤਾਂ 6.5 ਇੰਚ ਆਪਣਾ ਤਿਆਰ ਰਹਿ ਜੂਗਾ ਮੋਢਾ। ਇੱਥੋਂ ਵੀ ਆਪਾਂ ਸਾਹਮਣਾ ਵੀ 13 ਇੰਚ ਹੀ ਪਾਵਾਂਗੇ। ਹੁਣ ਆਪਾਂ ਛਾਤੀ ਦੇ ਵਿੱਚ ਉਹ ਕਿੰਨਾ ਖੁੱਲਾ ਰੱਖਣਾ, ਦੇਖੋ 19 ਇੰਚ ਦਾ ਨਾਪ ਆ ਤਾਂ ਆਪਾਂ 19 ਦਾ ਨਿਸ਼ਾਨ ਲਗਾਵਾਂਗੇ, 2 ਇੰਚ ਆਪਣਾ ਐਕਸਟਰਾ ਹੋ ਗਿਆ। ਇੱਥੋਂ ਆਪਾਂ ਨੇ ਇਸ ਤਰ੍ਹਾਂ ਗੁਲਾਈ ਪਾ ਦੇਣੀ ਆ। ਨੋਰਮਲੀ ਚੀਜ਼ਾਂ ਨੇ ਦੇਖੋ ਇਹਦੇ ਵਿੱਚ, ਕੋਈ ਜ਼ਿਆਦਾ ਨਹੀਂ, ਸਿਰਫ ਮੇਨ ਇਹਦੇ ਵਿੱਚ ਆਹ ਕਲੀ ਬਾਰੇ ਤੁਹਾਨੂੰ ਸਮਝਾਉਣਾ ਸੀ ਵੀ ਤੁਸੀਂ ਇਹਦੀ ਕਲੀ ਕਿਵੇਂ ਪਾਓਗੇ। ਕਮਰ ਦੇ ਵਿੱਚੋਂ ਨਾਪ ਆਪਣਾ ਹੈਗਾ 17 ਇੰਚ ਦਾ, 17 ਤੇ 2 ਇੰਚ ਆਪਾਂ ਨੇ ਐਕਸਟਰਾ ਲਗਾਉਣਾ। ਹੁਣ ਤੁਸੀਂ ਇਹਨੂੰ ਉਠਾਉਣਾ ਉਠਾ ਸਕਦੇ ਹੋ, ਦੇਖੋ ਇਸ ਤਰੀਕੇ ਦੇ ਨਾਲ ਕਰ ਲਓਗੇ ਕਿਉਂਕਿ ਆਪਾਂ ਨੇ ਜਦੋਂ ਲੇਅਰ ਇੰਨੀ ਬਣਾਉਣੀ ਆ ਤਾਂ ਤੁਸੀਂ ਇੱਥੋਂ ਐਂਚੀ ਟੇਪ ਨਾਲ ਚੱਕ ਕੇ ਇੱਥੇ ਲਿਜਾ ਸਕਦੇ ਹੋ, ਇੱਥੋਂ ਸਿੱਧਾ ਮਾਰਕ ਕਰੋਗੇ। ਹੁਣ ਇਹਦੀ ਆਪਾਂ ਕਰਾਂਗੇ ਕਟਿੰਗ, ਤੁਸੀਂ ਕਟਿੰਗ ਵੱਲ ਦੇਖਣਾ ਇਹਦੀ ਲੇਅਰ ਕਿੰਨੀ ਸੋਹਣੀ ਬਣੂਗੀ ਜਦੋਂ ਆਪਾਂ ਨੇ ਕਟਿੰਗ ਕਰਤੀ ਪ੍ਰੋਪਰ ਇਹਦੀ। ਬਿਲਕੁਲ ਨੀਚੇ ਤੋਂ ਨਹੀਂ ਚੱਕਣਾ, ਹਲਕਾ ਹਲਕਾ ਆਪਾਂ ਨੇ ਇਸ ਤਰ੍ਹਾਂ ਲੈ ਕੇ ਜਾਣਾ ਗਾ। ਤੁਸੀਂ ਇਹਦੇ
ਪਹਿਲਾਂ ਚਾਰ ਪੱਲਿਆਂ ਦੀ ਵੀ ਕਟਿੰਗ ਕਰ ਸਕਦੇ ਹੋ, ਉਹ ਤੁਸੀਂ ਇਸ ਤਰੀਕੇ ਨਾਲ ਕਰ ਲਓਗੇ ਚਾਰੇ ਪੱਲਿਆਂ ਦੀ ਕਟਿੰਗ ਬਰਾਬਰ। ਬਾਅਦ ਵਿੱਚ ਇਹਦੇ ਤੁਸੀਂ ਦੋ ਉੱਪਰਲੇ ਪੱਲੇ ਚੱਕ ਕੇ ਫਰੰਟ ਵਾਲਿਆਂ ਦੀ ਕਾਟ ਪਾ ਦੋਗੇ। ਦੇਖੋ ਆਪਾਂ ਨੇ ਪਹਿਲਾਂ ਚਾਰੇ ਪੱਲਿਆਂ ਦੀ ਕਾਟ ਪਾਤੀ, ਬੈਕ ਵਾਲੀ ਕਾਟ ਪਾਈ ਆਪਣੇ ਚਾਰਾਂ ਪੱਲਿਆਂ ਦੇ। ਹੁਣ ਆਪਾਂ ਨੇ ਉੱਪਰਲੇ ਦੋ ਪੱਲਿਆਂ ਨੂੰ ਚੱਕਣਾ ਗਾ ਇਸ ਤਰੀਕੇ ਨਾਲ, ਦੋ ਪੱਲੇ ਉਠਾ ਲਏ। ਦੇਖੋ ਆਪਾਂ ਨੇ ਉੱਪਰਲੇ ਪੱਲਿਆਂ ਦੀ ਆਪਾਂ ਨੇ ਇਸ ਤਰੀਕੇ ਨਾਲ ਕਾਟ ਪਾ ਦੇਣੀ ਆ, ਜਾਨੀ ਕਿ ਫਰੰਟ ਬੈਕ ਦਾ ਆਪਾਂ ਨੇ ਫਰਕ ਰੱਖਣਾ। ਹੁਣ ਹਾਫ ਇੰਚ ਆਪਾਂ ਨੇ ਇੱਥੋਂ ਇਹਦੀ ਕਟਾਈ ਪਾ ਦੇਣੀ ਆ, ਆ ਵਾਲੀ। ਦੇਖੋ ਜਿਹੜਾ ਆਪਣੇ ਗੋਲ ਕੁੰਡੇ ਵਾਲਾ ਪਾਸਾ, ਇਹਨੂੰ ਆਪਾਂ ਸੈਂਟਰ ਦੇ ਵਿੱਚੋਂ ਕਟਿੰਗ ਕਰ ਦਾਂਗੇ। ਬਹੁਤ ਹੀ ਸਿੰਪਲ, ਬਹੁਤ ਹੀ ਸੌਖੇ ਤਰੀਕੇ ਦੇ ਨਾਲ ਤੁਹਾਨੂੰ ਇਹਦੀ ਆਪਾਂ ਕਟਾਈ ਦੱਸੀ ਆ। ਆਰਾਮ ਨਾਲ ਤੁਸੀਂ ਆਪਣੇ ਘਰ ਬੈਠ ਕੇ ਇੱਦਾਂ ਦੀ ਫਰੋਕ ਸਟਿਚ ਕਰਕੇ ਪਹਿਨ ਸਕਦੇ ਹੋ। ਦੇਖੋ ਕਿਸੇ ਮਰਜ਼ੀ ਸਟੱਫ ਦੇ ਵਿੱਚ, ਚਾਹੇ ਤੁਸੀਂ ਜਾਰਜਟ ਦੇ ਵਿੱਚ ਲਾ ਲਓ, ਕਾਟਨ ਦੀ ਆ ਕਾਟਨ ਦੇ ਵਿੱਚ ਲਾ ਲਓ, ਕਰੇਵ ਦੇ ਵਿੱਚ ਆ, ਉਹਦੀ ਤਾਂ ਬਹੁਤ ਹੀ ਵਧੀਆ ਲੁੱਕ ਆਉਂਦੀ ਆ। ਜਿਹੜਾ ਕੱਪੜਾ ਲਚਕਦਾਰ ਹੋਵੇ, ਮੰਨ ਲਓ ਜਿਹਦੇ ਵਿੱਚ ਏਦਾਂ ਦੇ ਸਟੱਫ ਦੇ ਵਿੱਚ ਤੁਸੀਂ ਬਣਾ ਸਕਦੇ ਹੋ। ਦੇਖੋ ਏਦਾਂ ਦੀ ਸ਼ੇਪ ਆਊਗੀ, ਇੱਥੋਂ ਤੁਸੀਂ ਹਲਕੀ ਜਿਹੀ ਗਲਾਈ ਪਾਉਣੀ ਆ ਪਾ ਸਕਦੇ ਹੋ, ਤੁਹਾਡੀ ਆਪਣੀ ਮਰਜ਼ੀ ਆ। ਵੈਸੇ ਤਾਂ ਜੇ ਗਲਾਈ ਪਾਈ ਹੋਊਗੀ ਤਾਂ ਉਹਦੀ ਹੋਰ ਵੀ ਲੁੱਕ ਵਧੀਆ ਆਊਗੀ। ਪ੍ਰੋਪਰ ਆਪਾਂ ਨੇ ਕਲੀਆਂ ਨੂੰ ਜੜ ਲੈਣਾ, ਕਲੀਆਂ ਨੂੰ ਜੜ ਕੇ ਚੰਗੀ ਤਰ੍ਹਾਂ ਫਿਰ ਆਪਾਂ ਇਹਦੀ ਬਾਅਦ ਵਿੱਚ ਸ਼ੇਪ ਪਾ ਦਾਂਗੇ। ਜਿਵੇਂ ਆਪਣਾ ਥੋੜਾ ਬਹੁਤਾ ਇਹ ਵੱਧ ਘੱਟ ਰਿਹਾ ਤਾਂ ਇਹਨੂੰ ਆਪਾਂ ਬਿਲਕੁਲ ਇਸ ਤਰ੍ਹਾਂ ਇਕੁਅਲ ਕਰ ਦਾਂਗੇ ਇਹਨੂੰ। ਹੁਣ ਤੁਹਾਨੂੰ ਦੱਸਣਾ ਵੀ ਇਹ ਕਲੀਆਂ ਨੂੰ ਕਿਵੇਂ ਜੜ ਸਕਦੇ ਹੋ ਤੁਸੀਂ। ਸੈਂਟਰ ਵਾਲੇ ਪੱਲੇ ਦੇਖੋ, ਉਹਦੀ ਸ਼ੇਪ ਇਸ ਤਰੀਕੇ ਦੇ ਨਾਲ ਸ਼ੇਪ ਆ। ਆਹ ਆਪਣਾ ਉੱਪਰ ਵਾਲਾ ਹਿੱਸਾ ਹੋ ਗਿਆ, ਆਹ ਆਪਣਾ ਹੋ ਗਿਆ ਨੀਚੇ ਵਾਲਾ ਹਿੱਸਾ, ਇਸ ਤਰ੍ਹਾਂ ਦੀ ਸ਼ੇਪ ਹੈ ਇਹਦੀ। ਦੇਖੋ ਹੁਣ ਇਹਦੇ ਕਲੀ ਨੂੰ ਆਪਾਂ ਕਿਵੇਂ ਜੜਨਾ ਇਹਦੇ ਨਾਲ। ਆਹ ਤਾਂ ਆਪਣਾ ਸੈਂਟਰ ਹੋ ਗਿਆ, ਦੇਖੋ ਦੋ ਪੱਲਿਆਂ ਨੂੰ ਆਪਾਂ ਉਠਾਵਾਂਗੇ ਨਾਲ, ਇੱਕ ਸਾਈਡ ਆਪਾਂ ਇਸ ਸਾਈਡ ਵੱਲ ਲਾਵਾਂਗੇ ਆਹ ਚੀਜ਼ ਦੇ, ਇੱਕ ਆਹ ਸਾਈਡ ਤੇ ਲਗਾਵਾਂਗੇ। ਇਹ ਤੁਹਾਨੂੰ ਮੈਂ ਦੋ ਦੋ ਚਾਕੇ ਉਠਾ ਕੇ ਦੱਸ ਰਹੀ ਹਾਂ। ਵੈਸੇ ਆਪਾਂ ਨੇ ਇੱਕ ਇੱਕ ਪੱਲਾ ਉਹਦੇ ਨਾਲ, ਇੱਕ ਫਰੰਟ ਨਾਲ, ਇੱਕ ਬੈਕ ਨਾਲ ਇਸ ਤਰੀਕੇ ਦੇ ਨਾਲ ਜੜਨਾ ਹੋਊਗਾ। ਦੇਖੋ ਆਹ ਵਾਲੀ ਚੀਜ਼ ਆਊਗੀ ਆਪਣੀ, ਨਾ ਹੀ ਤਾਂ ਤੁਹਾਨੂੰ ਕੋਈ ਪਲੇਟਾਂ ਪਾਉਣ ਦੀ ਜ਼ਰੂਰਤ ਆ ਤੇ ਨਾ ਹੀ ਕੁਛ ਹੋਰ, ਸਿਰਫ ਦੋ ਕਲੀਆਂ ਦੇ ਵਿੱਚ ਤੁਹਾਡੀ ਫਰੋਕ ਬਣ ਕੇ ਰੈਡੀ ਹੋ ਜੂਗੀ। ਤੁਸੀਂ ਬਾਅਦ ਵਿੱਚ ਇਹ ਕਲੀਆਂ ਪਾਓਗੇ, ਪਹਿਲਾਂ ਇਹਦੇ ਵਿੱਚ ਕੋਈ ਲੇਸਿਸ ਵਗੈਰਾ ਪਾਉਣੀ ਆ ਤੁਸੀਂ ਉਹ ਵੀ ਪਾ ਸਕਦੇ ਹੋ, ਏਦਾਂ ਹੀ ਸਿੰਪਲ ਬਣਾਉਣੀ ਆ ਤਾਂ ਤੁਸੀਂ ਸਿੰਪਲ ਵੀ ਬਣਾ ਸਕਦੇ ਹੋ। ਦੇਖੋ ਕਲੀਆਂ ਪਾ ਕੇ ਬਾਅਦ ਵਿੱਚ ਤੁਸੀਂ ਉਹਦਾ ਗਲਾ ਬਣਾਓਗੇ, ਫਿਰ ਜਿਵੇਂ ਕੰਧਾ ਜੋੜੀ ਕਰਦੇ ਹੋ ਉਵੇਂ ਕੰਧਾ ਜੋੜੀ ਕਰਨੀ ਹੋਊਗੀ, ਫਿਰ ਫਿਟਿੰਗ ਦਾ ਨਿਸ਼ਾਨ ਦਿਓਗੇ ਇਹਦੇ ਵਿੱਚ, ਬੈਕ ਨੈਕ ਬਣਾਓਗੇ, ਪ੍ਰੋਪਰ ਆਪਣੀ ਫਰਾਕ ਬਣ ਕੇ ਰੈਡੀ ਹੋ ਜੂਗੀ। ਜੇ ਤੁਹਾਨੂੰ ਪ੍ਰੋਪਰ ਫਿਟਿੰਗ ਚਾਹੀਦੀ ਹੈ, ਕਈ ਵਾਰ ਆਪਾਂ ਆਹ ਚੀਜ਼ਾਂ ਤੇ ਇਲਾਸਟਿਕ ਵਗੈਰਾ ਵੀ ਪਾ ਲੈਂਦੇ ਹਾਂ, ਤਾਂ ਤੁਸੀਂ ਨੇ ਦੋ ਦੋ ਇੰਚ ਤੇ ਇੱਥੇ ਇਲਾਸਟਿਕ ਵੀ ਪਾ ਲਿਓ ਕਮਰ ਦੇ ਵਿੱਚ ਜੇ ਪਾਉਣਾ ਹੋਇਆ, ਮੰਨ ਲਓ ਪ੍ਰੋਪਰ ਫਿਟਿੰਗ ਦੇ ਵਿੱਚ ਜੇ ਤੁਸੀਂ ਫਰੋਕ ਚਾਹੁੰਦੇ ਹੋ, ਨਹੀਂ ਤਾਂ ਇੱਦਾਂ ਹੀ ਇਹਦੀ ਸ਼ੇਪ ਆਊਗੀ, ਫਿਟਿੰਗ ਬਹੁਤ ਹੀ ਸੋਹਣੀ ਫਰੋਕ ਬਣ ਕੇ ਆਪਣੀ ਰੈਡੀ ਹੋ ਜੂਗੀ। ਦੇਖੋ ਇਹ ਸੀ ਆਪਣੀ ਫਰੋਕ ਦੀ ਵੀਡੀਓ ਕਲੀਆਂ ਵਾਲੀ ਦੀ। ਇਹ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਸਾਨੂੰ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ, ਤੇ ਆਉਣ ਵਾਲੀਆਂ ਤੁਹਾਨੂੰ ਵੀਡੀਓ ਦੇ ਵਿੱਚ ਆਪਾਂ ਜਿਹੜੀ ਪੈਂਟ ਪਲਾਜ਼ੋ ਦੀ ਪੈਂਡਿੰਗ ਪਈ ਆ ਉਹ ਆਪਾਂ ਜ਼ਰੂਰ ਦੱਸਾਂਗੇ ਸਟਿਚਿੰਗ ਉਹਦੀ, ਚਾਹੇ ਆਪਾਂ ਦੋ ਦਿਨਾਂ ਬਾਅਦ ਦੇ ਦਈਏ ਚਾਹੇ ਆਪਾਂ ਮੰਡੇ ਤੱਕ ਦੇ ਦਈਏ, ਵਿੱਚ ਦੀ ਆਪਾਂ ਤੁਹਾਨੂੰ ਜ਼ਰੂਰ ਉਹਦੀ ਵੀਡੀਓ ਦੇਵਾਂਗੇ। ਫਿਲਹਾਲ ਤੁਸੀਂ ਇੱਦਾਂ ਦੀ ਫਰੋਕ ਬਣਾ ਕੇ ਆਪਣੀ ਪਹਿਨ ਸਕਦੇ।